ਦਿਲਜੀਤ ਦੁਸਾਂਝ ਯਾਨੀ ਕਿ ਪੰਜਾਬੀ 뮤직 ਇੰਡਸਟਰੀ ਦਾ ਉਹ ਸਿੰਗਰ ਜੋ ਐਕਟਿੰਗ ਦੇ ਵਿੱਚ ਵੀ ਲੋਕਾਂ ਨੂੰ ਬੇहद ਜ਼ਿਆਦਾ ਪਸੰਦ ਹੈ ਔਰ ਜਿਸ ਦੇ ਗਾਣੇ ਵੀ ਲੋਕੀ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਹਾਲ ਹੀ ਦੇ ਵਿੱਚ ਦਿਲਜੀਤ ਦੁਸਾਂਝ ਨੇ ਆਪਣਾ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਹੈ ਜਿਸ ਦਾ ਟਾਈਟਲ ਹੈ ਪਾਗਲ ਔਰ ਇਸ ਸੈਡ ਰੋਮਾਂਟਿਕ ਗਾਣੇ ਨੂੰ ਲੋਕੀ ਕਾਫੀ ਜ਼ਿਆਦਾ ਵਧੀਆ ਰਿਸਪੌਂਸ ਵੀ ਕਰ ਰਹੇ ਨੇ ਔਰ ਇਸ ਗਾਣੇ ਨੂੰ ਪਹਿਲੇ ਹੀ ਦਿਨ 8 ਮਿਲੀਅਨ ਵਿਊਜ਼ ਵੀ ਮਿਲ ਚੁੱਕੇ ਸੀਗੇ ਔਰ ਇਸ ਗਾਣੇ ਤੋਂ ਬਾਅਦ ਹੁਣ ਦਿਲਜੀਤ ਦੁਸਾਂਝ ਨੇ ਆਪਣੇ ਨੈਕਸਟ ਸੌਂਗ ਦੀ ਇਨਫੋਰਮੇਸ਼ਨ ਵੀ ਸ਼ੇਅਰ ਕਰ ਦਿੱਤੀ ਆਪਣੇ ਫੈਨਸ ਦੇ ਨਾਲ। ਅਸੀਂ ਤੁਹਾਨੂੰ ਦੱਸਦੇ ਦਿਲਜੀਤ ਦੁਸਾਂਝ ਦੇ ਅਗਲੇ ਗਾਣੇ ਦਾ ਨਾਮ ਹੋਏਗਾ ਚਿਲ, ਜਿਸ ਨੂੰ ਲਿਰਿਕਸ ਦਿੱਤੇ ਨੇ ਵੀਤ ਬਲਜੀਤ ਨੇ ਔਰ ਮਿਊਜ਼ਿਕ ਹੈ ਇਕਵਿੰਦਰ ਸਿੰਘ ਦਾ। ਨਾਲ ਹੀ ਤੁਹਾਨੂੰ ਦੱਸਦੇ ਕਿ ਇਹ ਗਾਣਾ ਬਹੁਤ ਹੀ ਜਲਦ ਯੂਟਿਊਬ ਤੇ ਸਟੇਟ ਸਟੂਡੀਓ ਨਾਮ ਦੇ ਚੈਨਲ ਤੇ ਰਿਲੀਜ਼ ਕੀਤਾ ਜਾਏਗਾ। ਸੋ ਹੁਣ ਦੇਖਣਾ ਇਹ ਹੋਵੇਗਾ ਕਿ ਪਾਗਲ ਗਾਣੇ ਨੂੰ ਜਿੰਨਾ ਰਿਸਪੌਂਸ ਮਿਲਿਆ ਸੀ, ਚਿਲ ਗਾਣੇ ਨੂੰ ਓਨਾ ਰਿਸਪੌਂਸ ਮਿਲੇਗਾ ਜਾਂ ਨਹੀਂ। ਫਿਲਹਾਲ ਦੈਨਿਕ ਸਵੇਰਾ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਦਿਲਜੀਤ ਦੁਸਾਂਝ ਨੂੰ ਆਲ ਦੀ ਵੈਰੀ ਬੈਸਟ ਫੋਰ ਹਿਸ ਅਪਕਮਿੰਗ ਸੌਂਗ ਚਿਲ।